ਸਵਾਗਤ ਕਰਦਾ ਹਾਂ ਵੀਰਾਂ ਅਤੇ ਭੈਣਾਂ ਦਾ ਤੁਹਾਡੇ ਆਪਦੇ ਯੂਟਿਊਬ ਚੈਨਲ ਦੇ ਉੱਤੇ। ਅਤੇ ਅੱਜ ਤੁਹਾਡੇ ਲਈ ਇੱਕ ਨਵਾਂ ਨੋਟੀਫਿਕੇਸ਼ਨ ਲੈ ਕੇ ਆਇਆ ਹਾਂ, ਜਿਹਦੇ ਵਿੱਚ PSSSB ਵੱਲੋਂ ਨਵਾਂ ਰਿਕਰੂਟਮੈਂਟ ਨੋਟੀਫਿਕੇਸ਼ਨ ਜਿਹੜਾ ਜੀ ਉਹ ਆਊਟ ਕਰ ਦਿੱਤਾ ਗਿਆ ਹੈ। ਸੋ ਇਸ ਦੇ ਵਿੱਚ 150 ਤੋਂ ਵੱਧ ਅਸਾਮੀਆਂ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ। ਤੁਸੀਂ ਇਹ 'ਚ ਜ਼ਰੂਰ ਚੈੱਕ ਕਰਿਓ, ਨੋਟੀਫਿਕੇਸ਼ਨ ਦੇ ਵਿੱਚ ਦੱਸਾਂਗਾ ਪੂਰੀ ਡਿਟੇਲ 'ਚ ਕਿੱਦਾਂ ਤੁਸੀਂ ਕਰਨਾ ਜੀ ਅਪਲਾਈ ਅਤੇ ਕੌਣ ਕੌਣ ਇਹਦੇ ਲਈ ਅਪਲਾਈ ਕਰ ਸਕਦਾ ਹੈ। ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਤਾਂ ਕਿ ਤੁਹਾਡੇ ਹਰ ਇੱਕ ਡਾਊਟ ਕਲੀਅਰ ਹੋ ਜਾਣ, ਜੋ ਕਿ ਅਪਲਾਈ ਕਰਨ ਤੋਂ ਲੈ ਕੇ ਉਹਦੇ 'ਚ ਪੂਰੀ ਡਿਟੇਲ ਨੋਟੀਫਿਕੇਸ਼ਨ ਜਿਹੜੀ ਹੈ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੇ ਹਾਂ ਜੀ। ਸੋ ਇਸ ਤੋਂ ਪਹਿਲਾਂ ਪਹਿਲੀ ਵਾਰੀ ਸਾਡੇ ਚੈਨਲ 'ਤੇ ਤੁਸੀਂ ਆ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਦੀ ਨਾਲ ਬੈੱਲ ਆਈਕਨ ਵੀ ਦਬਾ ਦਿਓ। ਉਹਦੇ ਨਾਲ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਮੋਬਾਈਲ ਦੇ ਵਿੱਚ ਵੀਡੀਓ ਦੇ ਰੂਪ ਦੇ ਵਿੱਚ ਮਿਲਦਾ ਰਹੇਗਾ। ਉਹਦੇ ਨਾਲ ਤੁਸੀਂ ਜਿਹੜਾ ਚੈੱਕ ਕਰਕੇ ਉਹਨੂੰ ਅਪਲਾਈ ਵੀ ਕਰ ਸਕਦੇ ਹੋ। ਅਤੇ ਇੱਕ ਤੁਸੀਂ ਹੋਰ ਜਿਹੜਾ ਕੰਮ ਕਰਨਾ, ਅਗਰ ਇਹਦੀ ਜੋਬ ਲਈ ਤੁਸੀਂ ਐਲੀਜੀਬਲ ਨਹੀਂ ਹੋਵੋਗੇ ਤਾਂ ਆਪਣੇ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰ ਦੇਣਾ ਜੀ। ਉਹਦੇ ਨਾਲ ਕੀ ਹੁੰਦਾ ਹੈ ਕਿ ਉਹਦੇ ਨਾਲ ਉਹਨਾਂ ਦਾ ਵੀ ਫਾਇਦਾ ਹੋ ਜਾਂਦਾ ਹੈ ਔਰ ਮੇਰਾ ਵੀ। ਸੋ ਤੁਸੀਂ ਇਹਦੇ ਲਈ ਕੀ ਕਰਨਾ, ਸ਼ੇਅਰ ਕਰ ਦੇਣੀ ਹੈ ਵੀਡੀਓ ਆਪਣੇ ਦੋਸਤਾਂ ਨੇ, ਵਟਸਐਪ, ਫੇਸਬੁੱਕ, ਯੂਟਿਊਬ, ਜਿੱਥੇ ਵੀ ਤੁਸੀਂ ਕਰ ਸਕਦੇ ਹੋ ਸੋਸ਼ਲ ਮੀਡੀਆ ਦੇ ਉੱਪਰ ਜ਼ਰੂਰ ਕਰ ਦਿਓ ਜੀ। ਅਤੇ ਚਲੋ ਹੁਣ ਤੁਹਾਨੂੰ ਲੈ ਚੱਲਦਾ ਜੀ ਅਫੀਸ਼ੀਅਲ ਨੋਟੀਫਿਕੇਸ਼ਨ 'ਤੇ। ਲੇਕਿਨ ਉਸ ਤੋਂ ਪਹਿਲਾਂ ਦੱਸ ਦੇਣਾ ਚਾਹੁੰਦਾ ਹੈ, ਕਈ ਤਰ੍ਹਾਂ ਦੀਆਂ ਹੋਰ ਭਰਤੀਆਂ ਜਿਹੜੀਆਂ ਨੇ ਉਹ ਆਊਟ ਕੀਤੀਆਂ ਜਾ ਚੁੱਕੀਆਂ ਨੇ, ਭਾਵੇਂ ਉਹ ਪ੍ਰਾਈਵੇਟ ਸੈਕਟਰ ਦੀਆਂ ਹੋਣ, ਚਾਹੇ ਸਰਕਾਰੀ, ਗੈਰ ਸਰਕਾਰੀ ਜਾਂ ਫਿਰ ਸੈਮੀ ਗਵਰਨਮੈਂਟ ਦੀਆਂ। ਹਰ ਤਰ੍ਹਾਂ ਦੀ ਨੋਟੀਫਿਕੇਸ਼ਨ ਸਾਡੀ ਵੈਬਸਾਈਟ, ਸਾਡੇ ਚੈਨਲ 'ਤੇ ਵੀ ਤੁਹਾਨੂੰ ਮਿਲ ਜਾਏਗੀ ਔਰ ਵੈਬਸਾਈਟ 'ਤੇ ਵੀ ਚੈੱਕ ਕਰ ਸਕਦੇ ਹੋ ਤੁਸੀਂ। ਜਲਦੀ ਜਾਓ, ਜਲਦੀ ਨਾਲ ਜਾ ਕੇ ਸਾਡੇ ਚੈਨਲ 'ਤੇ ਚੈੱਕ ਕਰ ਲਵੋ ਜੀ। ਚਲੋ ਹੁਣ ਤੁਹਾਨੂੰ ਲੈ ਚੱਲਦੇ ਜੀ ਨੋਟੀਫਿਕੇਸ਼ਨ 'ਤੇ। ਸਭ ਤੋਂ ਪਹਿਲਾਂ ਇਹਦਾ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਜੀ ਅਧੀਨ ਚੋਣ ਸੇਵਾਵਾਂ ਬੋਰਡ ਪੰਜਾਬ 1 ਕੰਪਲੈਕਸ ਸੈਕਟਰ 3rd SCS ਨਗਰ ਮੋਹਾਲੀ ਵੱਲੋਂ ਕੀਤਾ ਗਿਆ ਜੀ। ਸੋ ਇਸ ਦੇ ਵਿੱਚ ਇਹਨਾਂ ਦੀ ਵੈਬਸਾਈਟ SSSB.com 'ਤੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਇਹਦੇ ਵਿੱਚ ਇਹਨਾਂ ਨੇ ਜਿਹੜਾ ਇਸ਼ਤਿਹਾਰ ਕੀਤਾ ਗਿਆ, ਇਹ ਜਿਹੜਾ ਇਸ਼ਤਿਹਾਰ ਹੋਇਆ ਸੀ 11/4/2021 ਨੂੰ ਆਊਟ ਹੋਇਆ ਸੀ। ਔਨਲਾਈਨ ਅਪਲਾਈ ਕਰਨ ਜਿਹੜਾ ਹੈ ਉਹ ਸ਼ੁਰੂ ਹੋ ਗਿਆ 12/4/2021 ਤੋਂ ਔਰ ਲਾਸਟ ਡੇਟ ਜਿਹੜੀ ਹੈ ਉਹਨੂੰ ਅਪਲਾਈ ਕਰਨ ਦੀ 10/5/2021 ਸ਼ਾਮ 5 ਵਜੇ ਤੱਕ। ਫੀਸ ਜਿਹੜੀ ਤੁਸੀਂ ਸਬਮਿਟ ਕਰਾਉਣੀ ਹੈ ਜੀ 13/5/2021। ਇਹ ਸਾਰਾ ਕੰਮ ਤੁਹਾਡਾ ਔਨਲਾਈਨ ਹੋਣਾ, ਤੁਸੀਂ ਆਫਲਾਈਨ ਕੋਈ ਕਾਗਜ਼ ਭਰ ਕੇ ਕਿਤੇ ਵੀ ਸੈਂਡ ਨਹੀਂ ਕਰਨਾ ਜੀ। ਸੋ ਇਹ ਸੀਗਾ, ਇਹ ਤਾਂ ਤੁਹਾਨੂੰ ਲੱਗ ਗਿਆ ਪਤਾ ਕਿ ਤੁਸੀਂ ਕਿਹੜੀ ਡੇਟ ਤੱਕ ਕਰਨਾ। ਇਹਦੇ ਵਿੱਚ ਟੋਟਲ ਜਿਹੜੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ, ਕਲਰਕ ਗਰੁੱਪ ਸੀ ਦੀਆਂ 160 ਅਸਾਮੀਆਂ ਜਿਹੜੀਆਂ ਨੇ ਲੀਗਲ ਦੀਆਂ ਆਊਟ ਕੀਤੀਆਂ ਗਈਆਂ, ਜੋ ਕਿ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ SSSB.Punjab.gov.in 'ਤੇ ਅਪਡੇਟ ਕੀਤਾ ਹੈ ਜੀ। ਤੁਸੀਂ ਇਹਨਾਂ ਦੀ ਵੈਬਸਾਈਟ ਤੋਂ ਜਾ ਕੇ ਸਾਰੀ ਡਿਟੇਲ ਔਰ ਇਹ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ। ਇਹਦੇ ਵਿੱਚ ਇਹਨਾਂ ਨੇ ਜਿਹੜੀਆਂ ਅਸਾਮੀਆਂ ਨੇ ਉਹਨਾਂ ਨੂੰ ਕੈਟਾਗਰੀ ਵਾਈਜ਼ ਜਿਹੜਾ ਬਾਇਫਰਕੇਟ ਕੀਤਾ ਹੈ ਜਨਰਲ ਦੇ ਲਈ। ਇਹਦੇ ਵਿੱਚ ਉਹਨਾਂ ਨੇ ਇੱਕ ਚੀਜ਼ ਮੈਂਸ਼ਨ ਕੀਤੀ ਹੋਈ ਫਾਰਮ 'ਚ, ਤੁਸੀਂ ਧਿਆਨ ਨਾਲ ਅਗਰ ਦੇਖੋ, ਕੈਟਾਗਰੀ ਕੋਡ। ਜਦੋਂ ਤੁਸੀਂ ਔਨਲਾਈਨ ਅਪਲਾਈ ਕਰੋਗੇ, ਜਿਸ ਵੀ ਕੈਟਾਗਰੀ ਦੇ ਅੰਡਰ ਤੁਸੀਂ ਫਾਲ ਕਰਦੇ ਹੋ, ਉਸ ਕੈਟਾਗਰੀ ਦਾ ਜਿਹੜਾ ਕੋਡ ਹੈ ਤੁਹਾਨੂੰ ਉੱਥੇ ਮੈਂਸ਼ਨ ਕਰਨਾ ਪਏਗਾ, ਕਿਉਂਕਿ ਜਿਸ ਵੀ ਕੈਟਾਗਰੀ ਦੇ ਵਿੱਚ ਤੁਸੀਂ ਫਾਲ ਕਰੋਗੇ ਉਸੇ ਕੈਟਾਗਰੀ ਦੇ ਵਿੱਚ ਵੀ ਤੁਸੀਂ ਅਪਲਾਈ ਕਰ ਪਾਓਗੇ। ਸੋ ਇਹਦੇ ਵਿੱਚ ਤੁਸੀਂ ਕੈਟਾਗਰੀ ਕੋਡ ਨੋਟ ਕਰ ਲੈਣੇ ਆ ਜੀ। ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਬਾਇਫਰਕੇਟ ਕੀਤਾ, ਜਨਰਲੀ 39 ਪੋਸਟਾਂ, ਇਕਨੋਮਿਕਲੀ ਵੀਕਰ ਸੈਕਸ਼ਨ ਲਈ 10 ਪੋਸਟਾਂ, SC ਲਈ 10, SC ਰਾਮਦਾਸੀ ਅਦਰ ਦੇ ਲਈ 10, ਬੈਕਵਰਡ ਕਲਾਸ ਲਈ 10, ਉਸ ਤੋਂ ਬਾਅਦ ਐਕਸ ਸਰਵਿਸਮੈਨ ਜਨਰਲ ਲਈ 7, ਉਸ ਤੋਂ ਐਕਸ ਸਰਵਿਸਮੈਨ SC ਦੇ ਲਈ 2, ਉਸ ਤੋਂ ਬਾਅਦ ਨੈਕਸਟ ਹੈਗਾ ਜੀ ਐਕਸ ਸਰਵਿਸਮੈਨ ਰਾਮਦਾਸੀ ਅਦਰ 2, ਔਰ ਇਹ ਪੋਸਟਾਂ ਜਿਹੜੀਆਂ ਨੇ ਇਹਨਾਂ ਨੇ ਮੈਂਸ਼ਨ ਕੀਤੀਆਂ ਬਾਇਫਰਕੇਟ ਕਰ ਕਰਕੇ। ਤੁਸੀਂ ਚੈੱਕ ਕਰ ਲੈਣਾ ਜੀ ਟੋਟਲ ਪੋਸਟਾਂ ਇਹਨਾਂ ਨੇ ਮੈਂਸ਼ਨ ਕੀਤੀਆਂ ਹੋਈਆਂ ਨੇ, 160 ਤੋਂ ਉੱਪਰ ਨੇ, ਉਹ ਤੁਸੀਂ ਚੈੱਕ ਕਰ ਲੈਣਾ। ਸੋ ਉਸ ਤੋਂ ਬਾਅਦ ਕੁਛ ਉਹਨਾਂ ਨੇ ਡਿਟੇਲ ਜਿਹੜੀ ਹੈ ਤੁਹਾਡੇ ਨਾਲ ਡਿਸਕਸ ਕੀਤੀ ਆ, ਉਹ ਤੁਸੀਂ ਇੱਕ ਵਾਰੀ ਜ਼ਰੂਰ ਪੜ੍ਹ ਲੈਣਾ। ਨੋਟੀਫਿਕੇਸ਼ਨ ਦੇ ਰਿਲੇਟਡ ਪੰਜਾਬੀ ਦੇ ਵਿੱਚ ਹੈ, ਉਹਦੇ ਲਈ ਤੁਹਾਨੂੰ ਖੁਦ ਹੀ ਚੈੱਕ ਕਰਨਾ ਪਏਗਾ। ਔਰ ਇਹਦੇ ਵਿੱਚ ਜਿਹੜੀ ਤੁਸੀਂ ਤਨਖਾਹ ਤੁਹਾਡੀ ਰਹਿਣ ਵਾਲੀ ਹੈ ਜੀ, ਉਹ ਤੁਹਾਡੀ ਤਨਖਾਹ 19,900 Level 2 ਦੇ ਅਕੋਰਡਿੰਗਲੀ, ਸਕੇਲ ਦੇ ਅਕੋਰਡਿੰਗਲੀ ਤੁਹਾਡੀ ਰਹੇਗੀ। ਉਹਦੇ ਵਿੱਚ ਇਹਨਾਂ ਨੇ ਜਿਹੜਾ ਹੈ ਕਿ ਮੈਂਸ਼ਨ ਕੀਤਾ ਹੋਇਆ ਹੈ ਕਿ ਇਹਦੇ ਬਾਅਦ ਕਦੀ ਵੀ ਇਹਨੂੰ ਜਿਹੜਾ ਮੁੜ ਤੋਂ ਰਿਵੀਜ਼ਨ ਨਹੀਂ ਕੀਤੀ ਜਾਏਗੀ ਤੁਹਾਡੀ ਜਿਹੜੀ ਮੈਟ੍ਰਿਕਸ ਦੀ ਹੈ, ਪੇ ਮੈਟ੍ਰਿਕਸ ਦੀ ਹੈ। ਉਹ ਵਾਧਾ ਜ਼ਰੂਰ ਰਹੇਗਾ, ਮਤਲਬ ਜਿੱਦਾਂ ਜਿੱਦਾਂ ਤੁਹਾਡੀ ਤਨਖਾਹ ਪੱਤੇ ਅੱਗੇ ਵਧਣਗੇ ਉਹ ਜ਼ਰੂਰ ਵਧਣਗੇ, ਲੇਕਿਨ ਇਹਨੂੰ ਰਿਵਾਈਜ਼ ਨਹੀਂ ਕੀਤਾ ਜਾਂਦਾ। ਸੋ ਇਹ ਤੋਂ ਬਾਅਦ ਨੈਕਸਟ ਹੈ ਜੀ ਵਿੱਦਿਅਕ ਯੋਗਤਾ, ਤੁਹਾਡੀ ਜਿਹੜੀ ਵਿੱਦਿਅਕ ਯੋਗਤਾ ਹੋਏਗੀ ਉਹਦੇ ਵਿੱਚ ਤੁਹਾਨੂੰ ਮੰਗਿਆ ਗਿਆ ਕਿ ਮਿਨੀਮਮ ਤੁਸੀਂ ਗ੍ਰੈਜੂਏਸ਼ਨ ਲਾਅ ਦੇ ਵਿੱਚ ਕੀਤੀ ਹੋਈ ਹੈ ਤਾਂ ਤੁਸੀਂ ਐਲੀਜੀਬਲ ਹੋ। ਉਹਦੇ ਲਈ ਤੁਹਾਨੂੰ ਇੱਕ ਟੈਸਟ ਜਿਹੜਾ ਹੈ ਉਹ ਦੇਣਾ ਪਏਗਾ, ਉਹਦੇ ਵਿੱਚ ਤੁਹਾਡੀ ਜਿਹੜੀ ਸਿਲੈਕਸ਼ਨ ਉਸ ਬੇਸਿਸ 'ਤੇ ਹੋਏਗੀ। ਔਰ ਪਲੱਸ ਇਸ ਦੇ ਵਿੱਚ ਇੱਕ ਤੁਹਾਡਾ ਕੁਆਲੀਫਾਈਂਗ ਟੈਸਟ ਵੀ ਹੋਏਗਾ, ਜੋ ਕਿ ਪੰਜਾਬੀ ਇੰਗਲਿਸ਼ ਦੀ ਟਾਈਪਿੰਗ ਦਾ ਹੋਏਗਾ, ਜਿਹਦਾ ਟਾਈਮਿੰਗ ਇਹ ਖੁਦ ਮੈਂਸ਼ਨ ਕਰਨਗੇ ਆਪਣੀ ਵੈਬਸਾਈਟ ਦੇ ਉੱਪਰ। ਰੋਲ ਨੰਬਰ ਔਰ ਜਿਹੜਾ ਐਡਮਿਟ ਕਾਰਡ ਹੈ ਉਹ ਤੁਸੀਂ ਡਾਊਨਲੋਡ ਕਰ ਪਾਓਗੇ ਇਹਨਾਂ ਦੀ ਵੈਬਸਾਈਟ ਤੋਂ ਜਦੋਂ ਵੀ ਉਹ ਆਊਟ ਕੀਤਾ ਜਾਏਗਾ। ਨੈਕਸਟ ਅਸੀਂ ਗੱਲ ਕਰਦੇ ਹਾਂ ਇਸ ਦੇ ਵਿੱਚ ਉਮਰ ਸੀਮਾ। ਅਗਰ ਤੁਸੀਂ ਜਨਰਲ ਕੈਟਾਗਰੀ ਤੋਂ, ਠੀਕ ਹੈ ਜੀ, ਤਾਂ 18 ਤੋਂ 37 ਸਾਲ ਘੱਟ ਤੋਂ ਘੱਟ ਜਿਹੜੀ ਹੈ ਹੋਣੀ ਚਾਹੀਦੀ ਹੈ ਤਾਂ ਹੀ ਤੁਸੀਂ ਐਲੀਜੀਬਲ ਹੋ। ਅਨੁਸੂਚਿਤ ਜਾਤੀ ਅਤੇ ਪਛੜੀ ਸ਼੍ਰੇਣੀ ਵਾਲਿਆਂ ਲਈ 42 ਸਾਲ ਤੱਕ ਦੀ, ਜੇ ਅਗਰ ਕੋਈ ਇੰਪਲੋਈ ਹੈ ਰਾਜ ਸਰਕਾਰ ਦਾ ਕਰਮਚਾਰੀ 45 ਸਾਲ ਤੱਕ, ਸਾਬਕਾ ਫੌਜੀ ਲਈ ਵੀ ਜਿਹੜੀ ਹੈ 3 ਸਾਲ ਤੋਂ ਵੱਧ ਉਹਨਾਂ ਨੂੰ ਦਿੱਤੀ ਜਾਏਗੀ, ਔਰ ਪਲੱਸ ਹੋਰ ਵੀ ਜਿਹੜੀ ਕੈਟਾਗਰੀਜ਼ ਨੇ
ਉਹਨਾਂ ਦਾ ਵੀ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈ। ਉਸ ਤੋਂ ਬਾਅਦ ਤੁਸੀਂ ਜਿਹੜਾ ਉਹਨਾਂ ਨੇ ਮੈਂਸ਼ਨ ਕੀਤਾ ਹੈ ਰਾਖਵਾਂ ਮਤਲਬ ਰਿਜ਼ਰਵੇਸ਼ਨ ਨੂੰ ਲੈ ਕੇ ਕਿ ਇਹਦੇ ਵਿੱਚ ਅਗਰ ਤੁਸੀਂ ਜਿਸ ਕੈਟਾਗਰੀ ਲਈ ਅਪਲਾਈ ਕਰ ਰਹੇ ਹੋ ਉਹਦਾ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ, ਪਲੱਸ ਤੁਸੀਂ ਜਿਹੜੇ ਨੇ ਪੰਜਾਬ ਦੇ ਡੋਮੈਸਿਲ ਹੋਣੇ ਚਾਹੀਦੇ ਹਨ, ਤਾਂ ਹੀ ਤੁਹਾਨੂੰ ਜਿਹੜਾ ਕੈਟਾਗਰੀ ਦਾ ਜਿਹੜਾ ਰਿਜ਼ਰਵੇਸ਼ਨ ਹੈ ਉਹ ਮਿਲੇਗਾ। ਫੀਸ ਸੰਬੰਧੀ ਅਗਰ ਅਸੀਂ ਗੱਲ ਕਰਦੇ ਹਾਂ ਜੀ ਜਨਰਲ ਦੇ ਲਈ, ਠੀਕ ਹੈ ਜੀ, ਹਾਂਜੀ 1000 ਰੁਪਇਆ, SC BC ਦੇ ਲਈ 250, ਐਕਸ-ਸਰਵਿਸਮੈਨ ਅਤੇ ਡਿਪੈਂਡੈਂਟ ਲਈ 200, ਅੰਗਹੀਣ ਲਈ 500 ਜਿਹੜੀ ਹੈ ਉਹ ਫੀ ਪੇ ਕਰਨੀ ਹੋਏਗੀ। ਇਹਦੇ ਲਈ ਤੁਸੀਂ ਔਨਲਾਈਨ ਜਿਹੜੀ ਹੈ ਜੀ ਉਹ ਫੀ ਪੇ ਕਰਨੀ ਹੈ, ਪਲੱਸ ਇਸਦੇ ਵਿੱਚ ਤੁਹਾਡਾ ਜਿਹੜਾ ਟੈਸਟ ਹੋਏਗਾ ਉਹਦੇ ਥਰੂ ਤੁਹਾਡੀ ਸਿਲੈਕਸ਼ਨ ਹੋਏਗੀ, ਪਲੱਸ ਤੁਹਾਡਾ ਕੁਆਲੀਫਾਈਂਗ ਇੱਕ ਜਿਹੜਾ ਹੈ ਟਾਈਪਿੰਗ ਟੈਸਟ ਹੋਏਗਾ ਪੰਜਾਬੀ ਅਤੇ ਹਿੰਦੀ ਦੇ ਵਿੱਚ। ਉਹਦੇ ਵਿੱਚ ਤੁਹਾਡੀ ਇੰਗਲਿਸ਼ ਦੇ ਵਿੱਚ 30 ਸ਼ਬਦ ਪ੍ਰਤੀ ਮਿੰਟ ਸਪੀਡ ਨਾਲ ਟਾਈਪ ਜਿਹੜੇ ਟੈਸਟ ਉਹ ਲਿਆ ਜਾਏਗਾ, ਪਲੱਸ ਇਸ ਤੋਂ ਵਿੱਚ ਤੁਹਾਡੀ ਜਿਹੜੇ ਕੁਆਲੀਫਾਈਂਗ ਮਾਰਕਸ ਹੋਣਗੇ 40% ਮਾਰਕਸ ਹੋਣਗੇ। ਅਗਰ ਤੁਹਾਡੇ 40% ਮਾਰਕਸ ਤੋਂ ਅਬਵ ਆਉਂਦੇ ਨੇ ਤਾਂ ਹੀ ਤੁਹਾਨੂੰ ਜਿਹੜਾ ਟਾਈਪਿੰਗ ਟੈਸਟ ਲਈ ਬੁਲਾਇਆ ਜਾਏਗਾ ਜੀ। ਉਸ ਤੋਂ ਬਾਅਦ ਅੰਗਰੇਜ਼ੀ ਦੇ ਲਈ ਕੁਆਲੀਫਾਈਂਗ ਦੇ ਲਈ ਵੀ ਤੁਹਾਨੂੰ ਕੋਮਨ ਮੈਰਿਟ ਲਿਸਟ ਬਣਾਈ ਜਾਵੇਗੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਉਹਦੇ ਵਿੱਚ ਕੈਟਾਗਰੀ ਦੇ ਲਈ ਤੁਹਾਨੂੰ ਜਿੱਦਾਂ ਅਗਰ ਕੋਈ ਮਰਦ ਜਾਂ ਔਰਤ ਹੈ ਉਹਨਾਂ ਨੂੰ ਅਲੱਗ ਤੋਂ ਨਹੀਂ ਕੋਮਨ ਜਿਹੜੀ ਹੈ ਉਹ ਬਣੇਗੀ ਦੋਨਾਂ ਲਈ। ਉਸ ਤੋਂ ਬਾਅਦ ਨੈਕਸਟ ਹੈ ਜੀ ਕੁਝ ਕਾਮਨ ਸ਼ਰਤਾਂ ਜਿਹੜੀਆਂ ਲਿਖੀਆਂ ਹੋਈਆਂ ਨੇ, ਪਲੱਸ ਇਸਦੇ ਵਿੱਚ ਰੋਲ ਨੰਬਰ ਜਾਂ ਤੁਹਾਡੇ ਜਿਹੜੇ ਹੋਰ ਸਿਲੇਬਸ ਹੈ ਉਹਦੀ ਜਾਣਕਾਰੀ ਤੁਸੀਂ ਜਿਹੜੀ ਹੈ ਇਹਨਾਂ ਦੀ ਵੈਬਸਾਈਟ ਤੋਂ ਲੈ ਸਕਦੇ ਹੋ ਜੋ ਕਿ ਮੈਂਸ਼ਨ ਹੈ HTTP://www.punjab.gov.in ਤੋਂ ਜਾ ਕੇ ਚੈੱਕ ਕਰ ਸਕਦੇ ਹੋ ਤੁਸੀਂ। ਉਸ ਤੋਂ ਬਾਅਦ ਨੈਕਸਟ ਹੈ ਜੀ ਕੁਝ ਇੰਸਟਰਕਸ਼ਨਸ ਜਿਹੜੀਆਂ ਕਿ ਅਪਲਾਈ ਕਰਨ ਦੇ ਲਈ ਹੈ। ਅਪਲਾਈ ਕਰਨ ਦੇ ਲਈ ਜਿਹੜੀ ਤੁਸੀਂ ਵੈਬਸਾਈਟ 'ਤੇ ਔਨਲਾਈਨ ਐਪਲੀਕੇਸ਼ਨ ਜਿਹੜੀ ਭਰ ਸਕਦੇ ਹੋ ਜੀ ਜਾ ਕੇ, ਕੁਛ ਨਹੀਂ ਕਰਨਾ ਤੁਸੀਂ, ਸਿੰਪਲ ਇਹਨਾਂ ਦੀ ਵੈਬਸਾਈਟ 'ਤੇ ਜਾਣਾ ਹੈ, ਉੱਥੇ ਆਪਣੇ ਕਲਿੱਕ ਕਰਨ 'ਤੇ ਤੁਹਾਨੂੰ ਜਿਹੜੀਆਂ ਨੇ ਪਹਿਲਾਂ ਸਟੈਪ ਬਾਏ ਸਟੈਪ ਜਿਹੜੀ ਹੈ ਇੰਸਟਰਕਸ਼ਨਸ ਨੇ ਉਹ ਪ੍ਰੋਪਰ ਪੜ੍ਹਨੀਆਂ ਨੇ, ਔਰ ਉਸ ਤੋਂ ਬਾਅਦ ਯੂਜ਼ਰ ਨੇਮ ਪਾਸਵਰਡ ਜਿਹੜਾ ਤੁਹਾਨੂੰ ਜਨਰੇਟ ਕਰਨਾ ਹੋਏਗਾ ਜਿਹੜਾ ਕਿ ਤੁਸੀਂ ਰਜਿਸਟ੍ਰੇਸ਼ਨ ਕਰਕੇ ਕਰੋਗੇ। ਫਿਰ ਤੁਸੀਂ ਯੂਜ਼ਰ ਨੇਮ ਪਾਸਵਰਡ ਐਂਟਰ ਕਰਨ ਤੋਂ ਬਾਅਦ ਲੌਗਇਨ ਕਰ ਲੈਣਾ ਜੀ, ਔਰ ਸਟੈਪ ਵਾਈਜ਼ ਸਟੈਪ ਤੁਸੀਂ ਜਿਹੜੇ ਆਪਣੀ ਹਰ ਇੱਕ ਚੀਜ਼ ਜਿਹੜੀ ਹੈ ਮੈਂਸ਼ਨ ਕਰ ਦੇਣੀ ਹੈ। ਲੈਟ ਸਪੋਜ਼ ਤੁਹਾਡੀ ਕੁਆਲੀਫਿਕੇਸ਼ਨ, ਤੁਹਾਡਾ ਪਰਸਨਲ ਡਿਟੇਲ, ਉਹ ਸਭ ਤੁਸੀਂ ਇੱਥੇ ਮੈਂਸ਼ਨ ਕਰ ਦੇਵੋਗੇ। ਔਰ ਉਸ ਤੋਂ ਬਾਅਦ ਤੁਸੀਂ ਇੱਕ ਚੀਜ਼ ਦਾ ਧਿਆਨ ਕਰਨਾ ਹੈ ਕਿ ਅਗਰ ਤੁਸੀਂ ਆਪਣੇ ਡਾਕੂਮੈਂਟ ਔਰ ਆਪਣੀ ਜਿਹੜੀ ਹੈ ਡਿਟੇਲ ਫਿਲ ਕਰਕੇ ਸਬਮਿਟ ਕਰ ਦਿੰਦੇ ਹੋ ਐਪਲੀਕੇਸ਼ਨ ਨੂੰ, ਤਾਂ ਉਹਨੂੰ ਬਾਅਦ ਵਿੱਚ ਐਡਿਟ ਕਰਨ ਦਾ ਕੋਈ ਵੀ ਤੁਹਾਡੇ ਕੋਲ ਜਿਹੜਾ ਜ਼ਰੀਆ ਉਹ ਨਹੀਂ ਰਹੇਗਾ। ਸੋ ਉਸ ਦੇ ਲਈ ਤੁਹਾਨੂੰ ਜਿਹੜੀ ਫੀਸ ਜਮ੍ਹਾਂ ਕਰਾਉਣ ਦੇ ਲਈ ਵੀ ਜਿਹੜਾ ਸੇਮ ਉਸੇ ਪੇਜ 'ਤੇ ਹੀ ਤੁਹਾਨੂੰ ਫੀਸ ਜਮ੍ਹਾਂ ਕਰਾਉਣ ਦੀ ਲਿੰਕ ਮਿਲੇਗਾ, ਉੱਥੇ ਤੁਸੀਂ ਜਿਹੜੀ ਫੀਸ ਹੈ ਉਹ ਜਮ੍ਹਾਂ ਕਰਾ ਸਕਦੇ ਹੋ ਜੋ ਕਿ ਔਨਲਾਈਨ ਨਹੀਂ ਹੋਏਗੀ, ਉਹ ਤੁਸੀਂ ਕ੍ਰੈਡਿਟ ਕਾਰਡ ਡੈਬਿਟ ਕਾਰਡ ਦੇ ਰਾਹੀਂ ਨੈੱਟ ਬੈਂਕਿੰਗ ਥਰੂ ਜਿਹੜੀ ਭਰ ਸਕਦੇ ਹੋ, ਔਰ ਉਹ ਐਪਲੀਕੇਸ਼ਨ ਔਨਲਾਈਨ ਹੀ ਹੈ ਅਤੇ ਉਹ ਤੁਹਾਡੀ ਜਿਹੜੀ ਹੈ ਫੀਸ ਹੈ ਉਹ ਨੋਨ ਰਿਫੰਡੇਬਲ ਰਹੇਗੀ ਜੀ। ਹੁਣ ਕੁਛ ਇੱਕ ਜਿਹੜੀ ਹਦਾਇਤਾਂ ਨੇ ਉਹ ਦਿੱਤੀਆਂ ਨੇ ਉਹ ਤੁਸੀਂ ਇੱਕ ਵਾਰੀ ਨੋਟੀਫਿਕੇਸ਼ਨ 'ਚ ਖੁਦ ਵੀ ਪੜ੍ਹ ਲੈਣਾ, ਠੀਕ ਹੈ ਜੀ, ਇਹ ਤੁਹਾਡੀ ਅਪਲਾਈ ਕੈਟਾਗਰੀ ਲਈ ਹੈ ਜਾਂ ਤੁਸੀਂ ਔਨਲਾਈਨ ਅਪਲਾਈ ਕਰ ਰਹੇ ਹੋ ਉਹਦੇ ਰਿਗਾਰਡਿੰਗ ਜਿਹੜੀਆਂ ਸਾਰੀ ਚੀਜ਼ਾਂ ਜਿਹੜੀਆਂ ਗਲਤੀਆਂ ਨਾ ਹੋਣ ਉਹਦੇ ਰਿਲੇਟਡ ਹੈ, ਉਹ ਇੱਕ ਵਾਰੀ ਤੁਸੀਂ ਡਿਟੇਲ 'ਚ ਪੜ੍ਹ ਕੇ ਅਪਲਾਈ ਕਰ ਲੈਣਾ ਜੀ। ਅਗਰ ਤੁਸੀਂ ਇਹਦੇ ਲਈ ਐਲੀਜੀਬਲ ਹੋ ਤਾਂ ਜ਼ਰੂਰ ਅਪਲਾਈ ਕਰ ਦਿਵੋ, ਅਗਰ ਨਹੀਂ ਹੋ ਤਾਂ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਜੀ ਵੀਡੀਓ ਨੂੰ, ਉਹਦੇ ਨਾਲ ਮੇਰੀ ਥੋੜ੍ਹੀ ਜਿਹੀ ਹੈਲਪ ਹੋ ਜਾਏਗੀ ਔਰ ਜਿਹੜੇ ਦੂਸਰੇ ਤੁਹਾਡੇ ਦੋਸਤ ਹੋਣਗੇ ਉਹਨਾਂ ਦੀ ਜ਼ਿਆਦਾ ਅਤੇ ਉਹ ਅਪਲਾਈ ਵੀ ਕਰ ਪਾਣਗੇ। ਸੋ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ, ਹੁਣ ਮੈਂ ਤੁਹਾਨੂੰ ਮਿਲਾਂਗਾ ਨਵੀਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ, ਤਦ ਤੱਕ ਦੇ ਲਈ ਧੰਨਵਾਦ ਜੀ।